खबर लेंदे मोगा तो। अज मोगा दे संत नगर विच किराए दे मकान विच रह रहे एक परिवार नूं जबरी घर विचों बाहर कढ़ के कब्जा करन दी नीयत नाल आए 25 तों 30 व्यक्तियां ने जिथे घर दे समान दी तोड़ भन कीती उत्थे अन्नेवाह हवाई फायर भी कीते। एक गोली तां घर विच रह रहे सुरिंदर पाल सिंह बजुर्ग दे लगी। उक्त बजुर्ग दी नाजुक हालत नूं देखदिआं आस पास दे लोकां ने सिविल हॉस्पिटल मोगा विच दाखल करवाया। यह पता लगा है कि दूजी धिर दा भी एक व्यक्ति जख्मी होण कारण सिविल हॉस्पिटल मोगा विच दाखल है। घटना का पता चलदिआं ही DSP सिटी बलजिंदर सिंह भुल्लर अते DSP जगजीत सिंह थाणा सिटी अते मुखी गुरप्रीत सिंह मौके ते पुज्जे ने। सिविल हस्पताल मोगा विच गोली चलन कारण जख्मी होए सुरिंदर पाल ने दस्या है कि वह इस मकान विच पिछले लंबे समय तो किराए ते रह रहे ने। अज बाद दुपहर जसविंदर सिंह ने अपने 25 तों 30 दे करीबी साथियों नाल आके तेज़ धार हथियारां नाल साडे ते हमला कीता ते भन तोड़ कीती है। किस नाल की गलबात हुई है आओ सुनते हैं। अंकल जी जिहड़ा यह सब कुछ होया यह काका लोगड़ ने करवाया MLA ने। मेरे मम्मी जिहड़े घर दे मालक आ ओह जसविंदर सिंह उन्हां दी मम्मी अमरजीत कौर उन्हां दे ना ओह काम करदे सीगे उन्हां दे लैटरी चकदे सी उन्हां नूं कैंसर दी बीमारी सी घट्टो घट 8-9 साल हो गए उन्हां नूं काम करदे ने घरे। सानूं इकदम जदों आंटी मर गए सानूं कहिंदे कि समान चक्को असीं कहा कि असीं अचानक कित्थे चक लिया सीगे असीं जगह भी लई असीं जदों पा लेंगे असीं चक लाँगे ते कहिंदे कि नहीं सानूं हुणी ही खाली करके चाहीदा। असीं कहा कि नहीं सानूं 2 साल तां दो वी मैं +2 तां कंप्लीट कर जां ते कहिंदे नहीं। फिर उन्हां ने साडे घर अज वेख लो गुंडे भेजे असीं 6 जदों लिता ते उन्हें साडे घर गुंडे भेजे ने मेरे पापा दे पट्ट विच गोली मारी ते वेखो साडे घर दा उन्हां ने की हाल कीता वा सारा ये सारा कुछ काका MLA लोगड़ ने करवाया वा। ਅਸੀਂ ਇਹੀ ਮੰਗ ਕਰਦੇ ਕਿ ਜੋ ਸਾਡੇ ਮੇਰੇ ਪਾਪਾ ਜੀ ਦੇ ਵੀ ਗੋਲੀ ਲੱਗੀ ਸਾਨੂੰ ਜਿਹੜਾ ਕੁਛ ਵੀ ਮੇਰੇ ਮੰਮਾ ਨੇ ਘਰੇ ਕੰਮ ਕੀਤਾ ਸਾਨੂੰ ਮਿਲਣਾ ਚਾਹੀਦਾ ਜੀ। ਸਾਡੇ ਨਾਲ ਬਹੁਤ ਧੱਕਾ ਕੀਤਾ ਜਸਵਿੰਦਰ ਸਿੰਘ ਆਪ ਆਇਆ ਲੈ ਕੇ ਨਾਲ ਹੁਣ ਮੈਂ ਤਾਂ ਗੂ ਮੂੰਹ ਤੋਂ ਵੀ ਸਟਾਇਆ ਸਰਦਾਰ ਜੀ ਸਿਆ ਰਹਿੰਦਾ ਸੀ ਉਹਨਾਂ ਦੇ ਘਰੇ ਸਾਨੂੰ ਆਸਿਲਾ ਦੇ ਕੇ ਗਏ ਸਾਨੂੰ ਮੇਰੇ ਜਥੇ ਬੰਦਿਆਂ ਤੋਂ ਵੀ ਮੰਗ ਕਰਦੀ ਕਿ ਸਾਡੇ ਨਾਲ ਸਾਥ ਦਿੱਤਾ ਜਾਵੇ। ਹੁਣ ਆਇਆ ਹੋਇਆ ਆਪ ਉੱਤੇ ਮੋੜ ਤੇ ਖੜ ਕੇ ਆ ਕੁਛ ਕਰਾ ਕੇ ਗਿਆ ਸਾਡੇ ਨਾਲ ਕੱਲ ਨੂੰ ਕੁਛ ਵੀ ਕਰਵਾ ਸਕਦਾ ਬੱਚਿਆਂ ਨੂੰ। ਇਹਦਾ ਡੈਡੀ ਤੇ ਲੱਗੀ ਹੈ ਜੀ ਗੋਲੀ ਉਹ 30-35 ਜਾਣੇ ਸੀਗੇ ਇਹ ਤਾਂ ਬਹੁਤ ਜਾਣੇ ਸੀਗੇ। ਹਾਂਜੀ ਆਹ ਵੇਖੋ ਸਾਰਾ ਆਹ ਤੋੜਿਆ ਪਿਆ ਮੋਟਰਸਾਈਕਲ ਵੇਖੋ ਜੀ ਆਹ ਸਾਰਾ ਕੁਛ ਸਾਰਾ ਕੁਛ ਤੋੜ ਕੇ ਅੰਦਰ ਬਾਰੀਆਂ ਸਾਰੀਆਂ ਭੰਨ ਕੇ ਸਾਰਾ ਕੁਛ ਕਰਕੇ ਗਏ ਜੀ। ਅਸੀਂ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਉਹ ਬੰਦਾ ਇੱਥੇ ਆਇਆ ਹੋਇਆ ਉਹਨੇ ਆਹ ਗੁੰਡਾਗਰਦੀ ਕਰਾਈ ਸਾਡੇ ਨੇ ਨਾਲੇ ਮੋਦੀ ਮਾਂ ਦਾ। ਸਰ ਮੇਰਾ ਨਾਮ ਸੁਰਿੰਦਰਪਾਲ ਹੈ ਜੀ। ਕੀ ਘਟਨਾ ਹੋਈ ਜੀ? ਸਰ ਘਟਨਾ ਮੈਂ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਸੰਤ ਨਗਰ 11 ਨੰਬਰ ਗਲੀ 'ਚ ਜੀ। ਸਰ ਕਾਂਗਰਸ MLA ਕਾਕਾ ਸਿੰਘ ਲੋਗੜ ਸਰ ਉਸਨੇ ਅਤੇ ਜਸਵਿੰਦਰ ਸਿੰਘ ਹੈ ਜੀ ਦੱਤ ਰੋਡ 'ਤੇ ਰਹਿੰਦਾ ਜੀ ਅਮਰਜੀਤ ਕੌਰ ਦਾ ਬੇਟਾ ਜਰਮਨ ਦੇ ਵਿੱਚ ਹੈ ਜੀ। ਉਹਦੇ ਆਂਟੋ ਦੀ ਮਾਂ ਨੇ ਮੈਨੂੰ ਮਕਾਨ ਕਿਰਾਏ 'ਤੇ ਦਿੱਤਾ ਸੀ। ਕੋਰਟ ਦੇ ਵਿੱਚ ਮੇਰਾ ਕੇਸ ਚੱਲ ਰਿਹਾ ਹੈ। ਇਹਨਾਂ ਨੇ ਮਿਲ ਕੇ ਮੇਰੇ 'ਤੇ ਦਬਾਅ ਪਾ ਪਾ ਕੇ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਮੈਂ ਖਾਲੀ ਕਰ ਦੂੰਗਾ ਜੀ ਮੈਨੂੰ ਕਰੋਨਾ ਟਾਈਮ ਕਰਕੇ ਥੋੜ੍ਹਾ ਸਮਾਂ ਦੇ ਦਿਓ ਚਲੋ ਮੈਂ ਮਕਾਨ ਬਣਾ ਕੇ ਖਾਲੀ ਕਰ ਦੂੰਗਾ। ਮੇਰੀ ਤਰੀਕ ਭਾਈ ਜੱਜ ਸਾਹਿਬ ਨੇ 7ਵੇਂ ਮਹੀਨੇ ਦੀ 5 ਤਰੀਕ ਜੀ ਛੁੱਟੀਆਂ ਆ ਗਈਆਂ। ਮੈਨੂੰ ਨਹੀਂ ਪਤਾ ਸੀ ਸਰ ਕੋਈ ਵੀ ਇਹ ਗੁੰਡਾਗਰਦੀ ਮੇਰੇ ਨਾਲ ਇਸ ਤਰ੍ਹਾਂ ਕਰਨਗੇ ਜਾਇਆ ਕਰਨਗੇ। ਮੈਂ ਕਿਹਾ ਚਲੋ ਜੀ ਜਦੋਂ ਆਪਾਂ ਜੀ ਕੋਈ ਗੁੰਡਾਗਰਦੀ ਕੀਤੀ ਆਪਣਾ ਕਾਹਦੀ ਕਰਨਗੇ। ਅੱਜ ਉਹਦੇ ਪਤਾ ਲੱਗਿਆ ਜਦੋਂ 40-50 ਜਣੇ ਗੱਡੀਆਂ ਭਰ ਕੇ ਮੇਰੇ ਘਰੇ ਆ ਗਏ ਜੀ। ਕੁਦਰਤੀ ਮੇਰੀ ਘਰ ਦੀ ਬਾਹਰ ਸੋ ਰਹੀ ਸੀ ਅਸੀਂ ਵੇਖ ਕੇ ਅਸੀਂ ਕਮਰੇ ਦੇ ਵਿੱਚ ਅੰਦਰ ਵੜ ਕੇ ਕੁੰਡੇ ਲਾ ਲਏ ਜੀ। ਉਹਨਾਂ ਨੇ ਸਰੀਏ ਵੱਢ ਵੱਢ ਕੇ ਬਾਰੀਆਂ ਦੇ ਘਰੇ ਜਾ ਕੇ ਵੇਖੋ ਸਾਰੇ ਸਰੀਏ ਵੜਤੇ ਜੀ ਸਾਰਾ ਮੋਟਰਸਾਈਕਲ ਪੰਨ ਤੱਕ ਗੁੜੀਆਂ ਨੂੰ ਮੇਰੀ ਨੌਜਵਾਨ ਕੁੜੀ ਆ ਉਹਨੂੰ ਚੁੰਬੜ ਗਈ ਜੀ ਇੱਜ਼ਤ ਲੁੱਟਣ ਵਾਸਤੇ ਮੇਰੀ ਲੱਤ ਦੇ ਵਿੱਚ ਗੋਲੀ ਮਾਰੀ ਹੈ ਜੀ। ਇਹੋ ਜਿਹੀ ਗੰਦੀ ਸਰਕਾਰ ਤੋਂ ਅਸੀਂ ਕੀ ਲੈਣਾ ਸਰ ਸਾਡੇ ਗੋਲੀ ਮਾਰ ਕੌਣ ਸੀ ਬੰਦਾ ਕੋਈ ਪਹਿਚਾਣ ਹੈ ਕੋਈ? ਸਰ TV 48 66 ਗੱਡੀ ਨੰਬਰ ਸੀਗਾ ਸਵਿਫਟ ਕਾਰ ਸੀ ਇੱਕ ਕਾਲੇ ਰੰਗ ਦੀ ਗੱਡੀ ਸੀ। ਮੈਂ ਦੱਸ ਰਿਹਾ ਜੀ ਦੇ ਘਰ ਗਿਆ ਸੀਗਾ ਮੈਂ ਉਹਨਾਂ ਦੇ ਘਰੇ ਆਹ ਬੰਦੇ ਬੈਠੇ ਆ ਠੀਕ ਆ ਨਾ ਕਰਨ ਲੱਗੀ ਉਹਨਾਂ ਦਾ ਅਤੇ ਇਹਨੇ ਮੇਰੇ 'ਤੇ ਫੈਰ ਕਰਨਾ ਹਾਬੀ ਔਰ ਗਾ ਨਾਮ ਨਹੀਂ ਪਤਾ ਨਹੀਂ ਹੁੰਦਾ ਸੀਗਾ ਉਹ ਮੇਰਾ ਗਾਂ ਉੱਥੇ ਬੈਠਾ ਜਿਹਦੇ ਫੈਰ ਹੁੰਦੇ ਵਾ ਆਪਦੇ ਆਪ ਮਾਰਿਆ ਉਹਨੇ ਨਾ ਫੈਰ ਮੈਂ ਤਾਂ ਇਕੱਲਾ ਹੀ ਸੀਗਾ ਜਦੋਂ ਅੰਦਰ ਗਿਆ ਵਾ ਮੈਂ ਤਾਂ ਇਕੱਲਾ ਹੀ ਅੰਦਰ ਗਿਆ। ਹਾਂਜੀ ਕੋਈ ਬੰਦਾ ਨਹੀਂ ਸੀ ਮੈਂ ਸਰ ਕਈ ਦਿਨ ਲਿਆਜੀ ਦਾ ਘਰ ਸੀਗਾ ਆਪਣੇ ਦਾ ਉੱਥੇ ਉੱਥੇ ਗਿਆ ਸੀਗਾ ਅੰਦਰ ਉਹ ਬਜ਼ੁਰਗ ਸੀਗਾ। ਸੰਤ ਨਗਰ ਦੇ ਵਿੱਚ ਇੱਕ ਸੁਰਿੰਦਰਪਾਲ ਸਿੰਘ ਹੈ ਜਿਹਦੇ ਗੋਲੀ ਵੱਜੀ ਹੈ ਅਤੇ ਦੂਸਰਾ ਜਿਹੜਾ ਉਹਦੇ ਵਿਰੋਧੀ ਪਾਰਟੀ ਦਾ ਉਹ ਗਗਨਦੀਪ ਸਿੰਘ ਹੈ। ਇਹ ਇਹਦੇ ਵਿੱਚ ਆਪ ਜਿਹੜਾ ਸੁਰਿੰਦਰਪਾਲ ਸਿੰਘ ਸੀ ਇਹਦਾ ਇਹ ਕਿਰਾਏ 'ਤੇ ਰਹਿੰਦਾ ਸੀ ਅਤੇ ਦੂਸਰੀ ਧਿਰ ਜਿਹੜੀ ਸੀ ਉਹ ਕਿਤੇ ਉਹਨਾਂ ਨੂੰ ਉੱਠਣ ਵਾਸਤੇ ਕਹਿੰਦੇ ਸੀ ਉਹਦੇ ਵਾਸਤੇ ਨਾਲ ਆਪਸ ਵਿੱਚ ਜਿਹੜਾ ਲੜਾਈ ਝਗੜਾ ਹੋਇਆ
तो ये संबंध में बयान लिखते हैं, बयान लिख के जरा जो भी कार्रवाई होगी अमल च लेंदे जाऊंगे। मोगे तो सरबजीत रौली की रिपोर्ट। फ्री लीफ आयुर्वैदिक ऑयल 125 बीमारियों का संपूर्ण इलाज, जिमें गठिया, सर्वाइकल, माइग्रेन अते शरीर विच किसी भी किस्म की दर्द क्यों ना हुंदी होवे, इत्थों तक कि ब्लॉकेज दे नाल बनिया कई बीमारियों का इको एक इलाज है फ्री रिलीफ आयुर्वैदिक ऑयल, यानी कि 125 बीमारियों का संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियाउंदा है रौनक। फ्री रिलीफ पावर, कब्ज तो परेशान होने की हुण जरूरत नहीं है, कब्ज तो छुटकारा पाउण लई आ गया कब्ज हर चूरन। कब्ज हर चूरन नू अपनाओ ते कब्ज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।